ਸਤਿ ਸ਼੍ਰੀ ਅਕਾਲ ਜੀ, ਮੈਂ ਵਨ ਐਸ ਕੋਰਪ ਏਕ ਅਕਾਲ ਸਿਮਰਨ ਚੈਨਲ ਤੋਂ ਸਿਮਰਨਦੀਪ ਸਿੰਘ ਅੱਜ ਤੁਹਾਨੂੰ ਸੰਬੋਧਨ ਕਰਦਾ ਹੋਇਆ। ਅੱਜ ਅਸੀਂ ਪੰਜਾਬੀ ਭਵਨ ਦੇ ਵਿਹੜੇ ਵਿੱਚ ਅੱਜ ਜੋ ਚਿੱਤਰਕਲਾ ਪੇਂਟਿੰਗ ਦਾ ਜੋ ਹੈ ਐਗਜੀਬਿਸ਼ਨ ਲੱਗੀ ਹੋਈ ਹੈ ਉਸਦੇ ਰੂਬਰੂ ਹੋਏ ਹਾਂ ਅਤੇ ਬਹੁਤ ਹੀ ਸੁੰਦਰ ਜੋ ਹਨ ਪੇਂਟਿੰਗਸ ਅਸੀਂ ਦੇਖਣ ਨੂੰ ਸਾਨੂੰ ਮਿਲ ਰਹੀਆਂ ਨੇ ਅਤੇ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹਾਂਗੇ ਇਹ ਸਾਰੀਆਂ ਤਸਵੀਰਾਂ ਨੇ ਜੋ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜੋ ਬੜੀ ਹੀ ਮਿਹਨਤ ਦੇ ਨਾਲ ਤਿਆਰ ਕੀਤੀਆਂ ਗਈਆਂ ਹਨ ਅਤੇ ਇਹ ਸਾਨੂੰ ਜ਼ਿੰਦਗੀ ਦੇ ਵਿੱਚ ਇੱਕ ਚੰਗਾ ਸੁਨੇਹਾ ਵੀ ਦਿੰਦੀ ਹੈ ਅਤੇ ਇਸ ਦੇ ਵਿੱਚ ਮੈਂ ਸਿਮਰਨਦੀਪ ਸਿੰਘ ਵਨ ਐਸ ਕੋਰਪ ਏਕ ਅਕਾਲ ਸਿਮਰਨ ਚੈਨਲ ਤੋਂ ਤੁਹਾਡੇ ਨਾਲ ਅੱਜ ਜੋ ਅਸੀਂ ਬਾਤ ਸਾਂਝੀ ਕਰਨ ਲੱਗੇ ਹਾਂ ਉਹ ਜੋ ਤੁਸੀਂ ਇਹ ਐਗਜੀਬਿਸ਼ਨ ਲਗਾਈ ਹੈ ਬਹੁਤ ਹੀ ਸੁੰਦਰ ਤਸਵੀਰਾਂ ਨੇ ਇਹਦੇ ਵਿੱਚ ਰੂਹ ਖੁਸ਼ ਹੋ ਜਾਂਦੀ ਹੈ ਦੇਖ ਕੇ ਅਤੇ ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਤੁਸੀਂ ਇਹਨਾਂ ਤਸਵੀਰਾਂ ਬਾਰੇ ਭਾਵ ਇਹਨਾਂ ਪੇਂਟਿੰਗਸ ਬਾਰੇ ਸਾਨੂੰ ਥੋੜ੍ਹਾ ਜਿਹਾ ਐਕਸਪਲੇਨ ਵੀ ਕਰ ਦਿਓ ਅਤੇ ਇਸ ਦੇ ਨਾਲ ਹੀ ਇਸਦਾ ਮਕਸਦ ਅਤੇ ਜੋ ਤੁਸੀਂ ਆਪਣੇ ਬਾਰੇ ਥੋੜ੍ਹਾ ਜਿਹਾ ਸਾਨੂੰ ਵੇਰਵਾ ਦਿਓ ਜੀ। ਧੰਨਵਾਦ ਜੀ। ਜੀ 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 ਸਤਿ ਸ਼੍ਰੀ ਅਕਾਲ ਜੀ। ਅਸੀਂ ਤਕਰੀਬਨ ਲਗਾਤਾਰ ਇਹ ਸ਼ੋਅ ਕਰਦੇ ਆ ਰਹੇ ਹਾਂ। ਇਹ ਸਾਡਾ ਤੀਵੀਂ ਚਿੱਤਰਕਲਾ ਪ੍ਰਦਰਸ਼ਨੀ ਹੈ ਜੀ। ਇਹਦੇ ਵਿੱਚ ਅਸੀਂ ਜਿਹੜੇ ਕਾਲਜ ਦਾ ਸਟੂਡੈਂਟ ਨੇ ਜੀ ਅਤੇ ਸੀਨੀਅਰ ਆਰਟਿਸਟ ਨੇ ਜੀ ਇਹ ਸਭ ਦਾ ਰਲ ਨਾਲ ਮਿਲਣਾ ਕੰਮ ਡਿਸਪਲੇ ਕੀਤਾ ਜੀ ਅਤੇ ਤਾਂ ਕਿ ਸਟੂਡੈਂਟਾਂ ਨੂੰ ਸੇਧ ਦਿੱਤੀ ਜਾ ਸਕੇ, ਉਹਨੂੰ ਫਾਈਨ ਆਰਟ ਦਿੱਤਾ ਜਾ ਸਕੇ ਅਤੇ ਇਹਦੇ ਵਿੱਚ ਅਸੀਂ ਨਸ਼ਿਆਂ ਬਾਰੇ ਗੱਲ ਕੀਤੀ ਹੈ ਜੀ, ਭੂਣ ਹੱਤਿਆ ਬਾਰੇ ਜੀ, ਦੇਸ਼ ਧਰਤੀ ਬਾਰੇ ਜੀ ਅਤੇ ਇਹੀ ਅਸੀਂ ਬੱਚਿਆਂ ਨੂੰ ਮਤਲਬ ਵੱਧ ਤੋਂ ਵੱਧ ਸਿੱਖਿਆ ਲਿਖਿਆ ਅੱਗੇ ਲਿਜਾਣਾ ਚਾਹੁੰਦੇ ਹਾਂ। ਬਿਲਕੁਲ ਜੀ ਬਿਲਕੁਲ, ਆਪਣਾ ਚੰਗਾ ਕੰਮ ਕਰ ਸਕਣ ਅਤੇ ਦੇਸ਼ ਸੇਵਾ ਕਰ ਜੀ। ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਇਸ ਦੇ ਨਾਲ ਹੀ ਜੋ ਸਾਡੇ ਚਿੱਤਰਕਾਰ ਹਨ ਸਰਦਾਰ ਸਾਹਿਬ ਸਿੰਘ ਸਾਹਿਬ, ਆਪਣਾ ਨਾਮ ਦੱਸੋ। ਮੈਂ ਕਲਪਨਾ ਫਾਈਨ ਆਰਟ ਸੁਸਾਇਟੀ ਦਾ ਵਾਈਸ ਪ੍ਰੈਜੀਡੈਂਟ ਮਾਸਟਰ ਅਮਰ ਸਿੰਘ ਬੋਲ ਜੀ। ਇਸ ਐਗਜੀਬਿਸ਼ਨ ਦੇ ਵਿੱਚ ਜਿਸ ਤਰ੍ਹਾਂ ਗੋਪਾਲ ਜੀ ਹੁਣ ਦੱਸਿਆ ਤੁਹਾਨੂੰ, ਸੋਸ਼ਲ ਈਵਲ ਦੇ ਉੱਤੇ ਕਾਫੀ ਕੰਮ ਆਇਆ ਜੀ, ਜਿਹਦੇ ਵਿੱਚ ਡਰੱਗਸ ਹੈ, ਭਰੂਣ ਹੱਤਿਆ, ਬਾਕੀ ਰੇਪਸ ਹੈ ਔਰ ਐਸਿਡ ਅਟੈਕ ਹੈ। ਉਹ ਤੁਹਾਡੇ ਸਾਹਮਣੇ ਪੇਂਟਿੰਗ ਲੱਗੀ ਹੋਈ ਹੈ ਐਸਿਡ ਅਟੈਕ 'ਤੇ ਜੀ। ਮਾਫ ਕਰਨਾ, ਅਸੀਂ ਇਸ ਤਸਵੀਰ ਨੂੰ ਮੈਂ ਵੀ ਪਹਿਲਾਂ ਦੇਖਿਆ ਸੀ ਅਤੇ ਮੇਰੇ ਪਹਿਲਾਂ ਸਮਝ 'ਚ ਨਹੀਂ ਆਈ ਸੀ ਅਤੇ ਤੁਸੀਂ ਮੈਨੂੰ ਐਕਸਪਲੇਨ ਕੀਤਾ ਸੀ, ਮੈਨੂੰ ਬੜਾ ਅੱਛਾ ਲੱਗਿਆ। ਅਤੇ ਇਹ ਜੋ ਪੇਂਟਿੰਗ ਹੈ ਇਹ ਦਰਸਾ ਰਹੀ ਹੈ ਇੱਕ ਔਰਤ ਦੀ ਜੋ ਜ਼ਿੰਦਗੀ ਹੈ ਆਫਟਰ ਐਸਿਡ ਅਟੈਕ ਕਿਹੋ ਜਿਹੀ ਹੋ ਜਾਂਦੀ ਹੈ ਅਤੇ ਕਿਹੋ ਜਿਹਾ ਪਹਿਲਾਂ ਰੂਪ ਸੀਗਾ। ਇਸ ਤਸਵੀਰ ਨੂੰ ਬਹੁਤ ਹੀ ਡੀਪਲੀ ਡੂੰਘਾਈ ਨਾਲ ਸਮਝਣ ਦੀ ਜ਼ਰੂਰਤ ਹੈ ਅਤੇ ਜੋ ਸਾਨੂੰ ਸਮਾਜਿਕ ਤੌਰ 'ਤੇ ਜੋ ਕੁਛ ਲੋਕ ਔਰਤਾਂ ਦੇ ਪ੍ਰਤੀ ਇੱਜ਼ਤ ਨਹੀਂ ਕਰਦੇ, ਉਹਨਾਂ ਨੂੰ ਜੋ ਐਸਿਡ ਅਟੈਕ ਵਗੈਰਾ ਕਰਦੇ ਹਨ ਉਸ ਦੇ ਨਾਲ ਜੋ ਹਾਲ ਹੁੰਦਾ ਹੈ ਉਸ ਦੇ ਵਿੱਚ ਬਹੁਤ ਹੀ ਮਤਲਬ ਕਿ ਮੰਦਭਾਗੀ ਘਟਨਾ ਹੈ। ਤੁਸੀਂ ਬਹੁਤ ਹੀ ਅੱਛਾ ਜੋ ਚਿੱਤਰ ਹੈ ਤਿਆਰ ਕੀਤਾ ਜਿਸ ਦੇ ਨਾਲ ਕੀ ਹੈ ਸਾਨੂੰ ਇੱਕ ਸਮਝ ਆਉਂਦੀ ਹੈ ਜੀ। ਮੈਂ ਐਕਚੁਲੀ ਜੀ ਰਿਟਾਇਰਡ ਟੀਚਰ ਜੀ, ਸਰਕਾਰੀ ਕੰਨਿਆ ਹਾਈ ਸਕੂਲ ਰਾਮਗੜ੍ਹ ਦੇ ਵਿੱਚ ਪੜ੍ਹਾ ਰਿਹਾ ਸੀ ਜੀ, ਉੱਥੋਂ ਰਿਟਾਇਰ ਹਾਂ। ਔਰ
तकरीबन ढाई के उत्ते ही तकरीबन मैं गल करने की कोशिश की, जिन्नी भी मेरी पेंटिंग तुम्हें मिल गई जी, नारी का शोषण जो हो रहा है जी, असं ये कह रहे एक पास अस कह रहे भी नारी जागृत हो रही है जी, नारी जागृत कितने भी नहीं हो रही। देखा जाए असी सिर्फ ड्रामा कर रहे हैं, हम तुम ये देखो ये बच्ची का सारी जिंदगी एक अंधेरे कमरे के बतीत हो रही, ये लड़की का कसूर की है। इसका मैं कैप्शन यही रखा, तैं की दर्द ना आया, तैं की दर्द ना आया तो भाव गुरु नानक देव जी ने बावर बाणी पिछले लिखा है, बावर को मुखातब हो गया है परमात्मा को कहा भी तेनों की दर्द मतलब कि खलकत का नाश घात किया, इसने घाण किया बावर ने आके। असं इतने महसूस ही करते हैं भी बच्ची का कसूर की सी जी, की कसूर से बच्ची का जी कि अपनी सारी जिंदगी एक अंधेरे कमरे के बतीत करने मजबूर हो गई है। ठीक नहीं, सिर्फ 10 साल कह दो ये लड़के नू, ऐ लड़का ऐ मोखते पहन के असं बैठे हाँ, बिल्कुल वो नकेल साढ़े समाज में साढ़े गवर्नमेंट को ऐ नकेल की जरूरत है, देने की इन्हें नकेल पाने की जरूरत है यह सिरफरिया की, और उन्होंने सज़ा पूरी प्रॉपर सज़ा मिलनी चाहिए, ना कि सिर्फ 10 साल, इसलिए जिंदगी पूरी की पूरी खराब कर दी ये सिर्फ 10 साल ही। बिल्कुल ठीक है जी, मैं थोड़े नाल जानकारी सांझी करना चाहना कि यह जो तस्वीर दे विच तुसी जो इस पेंटिंग दे विच देख सकते हो, सब तो पहला तो असं गल करांगे इस लड़की सब तो उपर जो है हाँ, एक नॉर्मल जिंदगी दे विच एक खूबसूरत मतलब कि जो है जिंदगी दे विच एक लड़की का यह रूप से हाँ जी हाँ। उस तो बाद किसी सिर फिरे ने जो हाँ कि एक राक्षस का कह लो तुसी है ना जी, हाँ जी। इसने की है एसिड अटैक नाल जो की है इसनु किया बर्बाद किया, बर्बाद करने तो बाद जो रूप जो आ चुका है लड़की का है, तुसी खुद इस दे विच फर्क कर सकते हो कि कितना बदलाव आ गया है उसके चेहरे दे विच, उसकी जिंदगी खराब हो चुकी है। कुछ साढ़े समाज के भी चीज़ देखने मिली है कि जो रूप है तो उस औरत की इज्जत करते हैं, जिस को रूप नहीं है उसको बिल्कुल भी मतलब कि जो समाज के चंगी पोजिशन नहीं मिलती, यह बड़ी मंदभागी गल है। तुसी लड़के का रूप देखो जी किस तरह शैतान बनया आया है, इस तस्वीर के आसे पास देख सकते हो जो बोटल्स है ना उस तेजाब दिखाया गया है जी, देखो तुसी किहो जिहा मतलब कि मंदभागा मतलब कि समा है कि एहो जिहा भी रूप लै सकता कोई। हुण तुहानू फिर सिंह साहब जो हैं इस दे बारे डीपली जानकारी देणगे। इस तरह भी ये मैं मौका दिखाया है उस इंसान का, और मैं चाहना साडा समाज या साडी गवर्नमेंट एह जे बंदे नू नकेल ਇਹ ਨਕੇਲ ਪਾ ਕੇ ਕੀ ਲਾ ਦੇਣਾ ਚਾਹੀਦਾ ਇਹਨਾਂ ਨੂੰ, ਪਲਕ ਬਾਹਰ ਘੁੰਮਣ ਫਿਰਨ ਦੀ ਇਜਾਜ਼ਤ ਨਹੀਂ ਚਾਹੀਦੀ ਇਹਨਾਂ ਨੂੰ, ਨੱਕ 'ਚ ਨਕੇਲ ਪਾਉਣੀ ਚਾਹੀਦੀ ਹੈ ਜਦੋਂ ਕਿ ਮਤਲਬ ਇਸ ਲੜਕੇ ਦਾ ਕੋਈ ਕਸੂਰ ਨਹੀਂ, ਵਿਚਾਰੀ ਆਪਣੇ ਕੰਮ ਬਰਦਰੀ ਦਾ ਬਾਹਰ ਹੈ, ਹਾਂਜੀ ਫਾਦਰੀ ਦਾ ਹੈ ਨਹੀਂ ਵਿਚਾਰੀ ਦਾ ਜੀ, ਦੇਖੋ ਇਹ ਆਪਣੀ ਹੁਣ ਜ਼ਿੰਦਗੀ ਕਿਸ ਤਰ੍ਹਾਂ ਬਾਕੀ ਟਾਈਮ ਇਸ ਆਪਣਾ ਕਿਸ ਤਰ੍ਹਾਂ ਕੱਢੇਗੀ। ਬਿਲਕੁਲ ਬਿਲਕੁਲ, ਅਸਲ ਜ਼ਿੰਦਗੀ ਦੀ ਘਟਨਾ ਹੈ, ਇਸ ਨੂੰ ਬਸ ਸਿਰਫ ਸਜ਼ਾ ਮਿਲੀ ਹੈ ਸਿਰਫ 10 ਸਾਲ, 10 ਸਿਰਫ 10 ਸਾਲ। दूसरी गल सब तो वड्डी चीज़ है वह आए दिन यहोजियां घटनावां हो रही हैं, कुछ लोग ही हैं जो इस अपने दर्द नू जो है कोर्ट कचहरी तक लैके आते हैं या किसी हुक्मरान अगे लैके आते हैं। लेटेस्ट कल दे अखबार दे मध्य प्रदेश की लड़की कॉन्स्टेबल जी अटैक होया सी, और बिल्कुल बहुत बढ़िया कुड़ी है ना ओ जी। माता जी तुसी भी अपनी जिंदगी दे काफ़ी समय ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਫੀ ਸਮਾਂ ਜੋ ਹੈ ਮਤਲਬ ਕਿ ਦੁਨੀਆਦਾਰੀ ਦੇ ਵਿੱਚ ਵਿਚਰੇ ਹੋ, ਤੁਹਾਡੀ ਉਮਰ ਤੋਂ ਪਤਾ ਲੱਗਦਾ ਹੈ ਤੁਸੀਂ ਇਸ ਉਮਰ ਦੇ ਵਿੱਚ ਵੀ ਇੰਨੇ ਐਕਟਿਵ ਹੋ, ਇੱਕ ਵਾਹਿਗੁਰੂ ਤੁਹਾਨੂੰ ਹੋਰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ, ਰੂਹ ਖੁਸ਼ ਹੁੰਦੀ ਹੈ ਕਿ ਜੋ ਇੰਨੇ ਬਜ਼ੁਰਗ ਬੰਦੇ ਹਨ ਤੁਸੀਂ ਅੱਜ ਵੀ ਮਤਲਬ ਕਿ ਆਪਣੇ ਆਪ ਨੂੰ ਜੋ ਕਲਾ ਦੇ ਨਾਲ ਜੁੜੇ ਹੋਏ ਹੋ। ਸਭ ਤੋਂ ਪਹਿਲਾਂ ਤਾਂ ਮੇਰੇ ਨਿੱਜੀ ਤੌਰ 'ਤੇ ਤੁਹਾਨੂੰ ਬਹੁਤ ਸਲਾਮ ਹੈ ਜੀ, ਅਤੇ ਮਾਤਾ ਜੀ ਤੁਹਾਨੂੰ ਇੱਕ ਛੋਟਾ ਜਿਹਾ ਸਵਾਲ ਹੈ ਕਿ ਤੁਸੀਂ ਵੀ ਆਪਣੀ ਉਮਰ ਕੱਢੀ ਹੈ, ਤੁਹਾਡਾ ਵੀ ਬਚਪਨ ਆਇਆ, ਤੁਹਾਡੇ ਵੀ ਜਵਾਨੀ ਆਈ, ਤੁਸੀਂ ਹੁਣ ਬੁਢਾਪੇ ਵਿੱਚ ਹੋ, ਪਰ ਤੁਹਾਨੂੰ ਇੱਕ ਛੋਟਾ ਜਿਹਾ ਸਵਾਲ ਹੈ ਜੋ ਅੱਜ ਦੇ ਸਮੇਂ ਦੀ ਔਰਤ ਦੀ ਹਾਲਤ ਹੈ ਕਿ ਤੁਹਾਡੇ ਵੇਲੇ ਵੀ ਅੱਧੀ ਸੀ? ਨਾ 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 ਨਾ, ਮੈਂ ਪੁੱਤ ਸਾਰੀ ਉਮਰ ਜੀ ਕੋ ਐਜੂਕੇਸ਼ਨ 'ਚ ਪੜ੍ਹਿਆ, ਕੋ ਐਜੂਕੇਸ਼ਨ 'ਚ ਪੜ੍ਹਾਇਆ ਜੀ, ਕੋ ਇੰਗਲੈਂਡ 'ਚ ਵੀ ਮੈਂ ਕੋ ਐਜੂਕੇਸ਼ਨ 'ਚ ਪੜ੍ਹਾਇਆ, ਰਾਮਗੜੀਆ ਕਾਲਜ ਤੋਂ ਮੈਂ 1966 ਵਿੱਚ ਐੱਮ ਏ ਕੀਤੀ ਸੀ ਜੀ, 1964 ਵਿੱਚ ਮੈਂ ਕੀਤੀ ਸੀ, ਸਾਡੇ ਵੇਲੇ ਬੀ ਆਰ ਨੇਸ਼ਨ ਦੀ
ਬੀਟੀ ਹੁੰਦੀ ਸੀ ਜੀ, ਉਹ ਕੀਤੀ ਬੇਟੇ। ਉਹ ਐਜੂਕੇਸ਼ਨ ਤੁਸੀਂ ਪੜ੍ਹੀ ਆ, ਦਿੱਲੀ ਤੋਂ ਆਉਂਦੇ ਸੀ, ਕਲਕੱਤਾ ਤੋਂ ਆਉਂਦੇ ਸੀ, ਜਿਹੜਾ ਫਗਵਾੜਾ ਸੀ ਐਜੂਕੇਸ਼ਨ ਸੈਂਟਰ ਸੀ ਪੁੱਤੋ, ਸਾਡੇ ਵੇਲੇ ਕੋਈ ਏਦਾਂ ਨਹੀਂ ਸੀ, ਕੋਈ ਸਿਰਾ ਸਿਰ ਫਿਰਾ ਦੇਖ ਵੀ ਲੈਂਦਾ ਸੀ ਕੁੜੀਆਂ ਵੇਲੇ ਤਾਂ ਉਹ ਪ੍ਰਿੰਸੀਪਲ ਉੱਪਰ ਸਾਡਾ ਚੇਅਰਮੈਨ ਬੈਠਾ ਹੁੰਦਾ ਸੀ, ਉਹ ਦੂਜੇ ਦਿਨ ਨੂੰ ਬੁਲਾ ਲੈਂਦਾ ਸੀ ਜੀ। ਸਾਡੀ ਯੂਨੀਫਾਰਮ ਹੁੰਦੀ ਸੀ, ਅਸੀਂ ਕਦੀ ਕੋਈ ਗੱਲ ਏਦਾਂ ਦੀ ਨਹੀਂ ਸੁਣੀ ਜੀ। ਮਾਤਾ ਜੀ ਤੁਹਾਡਾ ਨਾਮ? ਮੇਰਾ ਨਾਮ ਹਰਦੇਵ ਕੌਰ ਹੈ ਜੀ। ਜੀ ਤੁਸੀਂ ਦੇਖ ਸਕਦੇ ਹੋ ਜੋ ਪੁਰਾਣੇ ਸਮੇਂ ਦੇ ਵਿੱਚ ਸਾਡੇ ਹਿੰਦੁਸਤਾਨ ਦੇ ਉੱਤੇ ਇਹੋ ਜਿਹਾ ਵੀ ਸਮਾਂ ਸੀ, ਕੁਛ ਸਮਾਂ ਇੱਦਾਂ ਦਾ ਵੀ ਸੀਗਾ ਕਿ ਮੁਗਲਾਂ ਨੇ ਵੀ ਰਾਜ ਕੀਤਾ, ਫਿਰ ਉਸ ਤੋਂ ਬਾਅਦ ਅੰਗਰੇਜ਼ ਵੀ ਆਏ, ਅਤੇ ਵੱਖ ਵੱਖ ਥਾਵਾਂ 'ਤੇ ਵੱਖ ਵੱਖ ਸਮਿਆਂ 'ਤੇ ਜੋ ਹਿੰਦੁਸਤਾਨ ਨੂੰ, ਭਾਰਤ ਨੂੰ ਕਾਫੀ ਮਤਲਬ ਕਿ ਸ਼ੋਸ਼ਿਤ ਕੀਤਾ ਗਿਆ, ਲੁੱਟਾਂ ਮਾਰਾਂ ਬਹੁਤ ਕੁਛ ਹੋਇਆ, ਪਰ ਇਹ ਮਾਤਾ ਜੀ ਉਸ ਸਮੇਂ ਦੇ ਵਿੱਚ ਵੀ ਆਪਣੇ ਆਪ ਨੂੰ ਸਿਕਿਓਰ ਕਹਿ ਰਹੇ ਸੀ। ਬਿਲਕੁਲ ਸੱਚ ਹੈ ਦੋਸਤੋ, ਅੱਜ ਤਾਂ ਭਾਰਤ ਦੇ ਵਿੱਚ ਭਾਰਤੀਆਂ ਦਾ ਰਾਜ ਹੈ, ਹਿੰਦੁਸਤਾਨੀਆਂ ਦਾ ਰਾਜ ਹੈ, ਫਿਰ ਵੀ ਇਹੋ ਜਿਹੀਆਂ ਲਾਹਨਤਾਂ ਕਿਉਂ ਮਾਤਾ ਜੀ ਤੁਸੀਂ ਇਸ ਬਾਰੇ? ਬੇਟੇ ਬਿਲਕੁਲ ਸਕੇਅਰ ਸੀ, ਮੈਂ ਬਲੱਡ ਸ਼ੈਡ ਦੇਖਿਆ 1947 ਦਾ ਪੁੱਤ ਜੀ, ਮੇਰਾ ਜਨਮ 1938 ਦਾ ਆ ਜੀ, ਮੈਂ ਪੂਰਾ ਬਲੱਡ ਸ਼ੈਡ ਦੇਖਿਆ ਪੁੱਤ, ਉਹ ਇੱਕ ਜਾਤੀਵਾਦ ਬਲੱਡ ਸ਼ੈਡ ਸੀ, ਉਹਦਾ ਬਲੱਡ ਸ਼ੈਡ ਨਹੀਂ ਸੀ ਜੀ। ਉਹ ਮੁਸਲਮਾਨ ਸਾਨੂੰ ਰੋਟੀ ਲੈ ਕੇ ਆਉਂਦੇ ਸੀ, ਖੁਰਾਕ ਲੈ ਕੇ ਆਉਂਦੇ ਸੀ, ਅਤੇ ਉਹ ਬਲੱਡ ਸ਼ੈਡ ਪੋਲੀਟਿਕਸ ਨਾਲ ਸੱਤ ਕਰਦਾ ਸੀ, ਉਹਦਾ ਕੋਈ ਬਲੱਡ ਸ਼ੈਡ ਨਹੀਂ ਸੀ, ਕੱਖ ਨਹੀਂ ਸੀ ਹੁੰਦਾ, ਲੋਕ ਪੀਸਫੁਲੀ ਰਹਿੰਦੇ ਸੀ ਜੀ। ਅੱਜ ਉਹ ਸੁਨੇਹਾ ਹੀ ਗਵਾਚ ਗਿਆ ਕਿਤੇ ਕਿ ਲੋਕਾਂ ਦੀਆਂ ਧੀਆਂ ਭੈਣਾਂ ਸਾਂਝੀਆਂ ਆਉਂਦੀਆਂ ਨੇ। ਅੱਜ ਕੱਲ੍ਹ ਇਸ ਚੀਜ਼ ਨੂੰ, ਇਸ ਚੀਜ਼ 'ਤੇ ਕੋਈ ਵੀ ਪਹਿਰਾ ਦੇਣ ਵਾਲਾ ਨਹੀਂ ਰਿਹਾ, ਸ਼ਰਮ ਅੱਜ ਕੱਲ੍ਹ ਕਿਤੇ ਦੂਰ ਹੀ ਚਲੇ ਗਈ ਹੈ। ਅਸੀਂ ਕਹਿੰਦੇ ਹਾਂ ਕਿ ਅੰਗਰੇਜ਼ਾਂ ਦਾ ਸਾਡੇ ਉੱਤੇ ਪ੍ਰਭਾਵ ਪੈ ਗਿਆ ਜੀ, ਇੱਦਾਂ ਹੋ ਗਿਆ ਉੱਦਾਂ ਹੋ ਗਿਆ, ਪਰ ਤੁਸੀਂ ਜਦੋਂ ਤੁਸੀਂ ਅੰਕੜੇ ਕੱਢ ਕੇ ਦੇਖੋਗੇ ਨਾ ਤਾਂ ਸਾਡੇ ਭਾਰਤ ਦਾ ਨੰਬਰ ਉਸ ਨੰਬਰ 'ਤੇ ਆਏਗਾ ਜੋ ਤੁਹਾਨੂੰ ਦੱਸਣਾ ਇਸ ਵਕਤ ਮੈਂ ਆਪਣੇ ਦੇਸ਼ ਦੀ ਤੋਹੀਨ ਕਰਨ ਦੇ ਬਰਾਬਰ ਸਮਝਾਂਗਾ। ਪਰ ਅੰਦਰੂਨੀ ਗੱਲ ਇਹੀ ਹੈ ਕਿ ਬੜੀ ਸ਼ਰਮ ਵਾਲੀ ਗੱਲ ਹੈ ਜੇ ਅੱਜ ਵੀ ਲੜਕੀਆਂ ਦੇ ਉੱਪਰ ਇਹੋ ਜਿਹੇ ਐਸਿਡ ਅਟੈਕ ਹੋ ਰਹੇ ਨੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਹੀ ਬੱਚੇ ਜੋ ਮਤਲਬ ਕਿ ਸਾਡੇ ਹੀ ਸਮਾਜ ਦੁਆਰਾ ਜੇ ਸੁਰੱਖਿਅਤ ਨਹੀਂ ਹਨ ਤਾਂ ਫਿਰ ਕਿੱਥੇ ਜਾਓਗੇ ਤੁਸੀਂ? ਸਤਿ ਸ਼੍ਰੀ ਅਕਾਲ, ਮੇਰਾ ਨਾਮ ਮੋਨਿਕਾ ਹੈ ਔਰ ਮੈਂ ਇਹ ਕਲਪਨਾ ਫਾਈਨ ਆਰਟ ਸੋਸਾਇਟੀ ਹੈ ਜੋ ਹਰ ਸਾਲ ਐਗਜੀਬਿਸ਼ਨ ਲਗਾਉਂਦੀ ਹੈ ਜੀ, ਔਰ ਮੈਂ ਹਰ ਸਾਲ ਵਿਜ਼ਿਟ ਕਰਨ ਆਉਂਦੀ ਹਾਂ। ਉਹ ਅਲੱਗ ਗੱਲ ਹੈ ਕਿ ਮੈਨੂੰ ਇਹਨਾਂ ਨਾਲ ਜੁੜਨ ਦਾ ਮੌਕਾ ਨਹੀਂ ਮਿਲਿਆ ਕਿ ਮੈਂ ਵੀ ਪੇਸ਼ੇ ਤੋਂ ਕਲਾਕਾਰ ਹੀ ਹਾਂ, ਬਟ ਮੈਨੂੰ ਅੱਛਾ ਲੱਗਦਾ ਜਦੋਂ ਕੁਝ ਕਲਾਕਾਰ ਮਿਲ ਕੇ ਸੋਸਾਇਟੀ 'ਚ ਪਲੇਟਫਾਰਮ ਦਿੰਦੇ ਆ ਕਲਾਕਾਰਾਂ ਨੂੰ। ਇਹਦੇ 'ਚ ਸਾਰੇ ਸੀਨੀਅਰ ਆਰਟਿਸਟ ਵੀ ਹੈ ਔਰ ਜੂਨੀਅਰ ਔਰ ਨਵੇਂ ਸਟੂਡੈਂਟ ਵੀ ਰਹਿੰਦੇ ਹੈ, ਜਿੱਦਾਂ ਹਰਦੇਵ ਮੈਡਮ ਵਰਗੇ ਕਲਾਕਾਰ ਹੈ ਔਰ ਛੋਟੇ ਸਟੂਡੈਂਟ ਵੀ ਹੈਗੇ ਹੈ ਜਿਹੜੇ ਹਲੇ ਇਹਦਾ ਵੀ ਜਰਨੀ ਸਟਾਰਟ ਹੋਈ ਹੈ, ਸਫ਼ਰ ਸਟਾਰਟ ਹੋਇਆ ਕਲਾ ਦਾ। ਬੜਾ ਅੱਛਾ ਲੱਗਦਾ ਕਿ ਇਹ ਕਲਪਨਾ ਫਾਈਨ ਆਰਟ ਸੋਸਾਇਟੀ ਹਰ ਸਾਲ ਉਹਨਾਂ ਨੂੰ ਇੱਕ ਪਲੇਟਫਾਰਮ ਦਿੰਦੀ ਹੈ ਜਿੱਥੇ ਕਿ ਅੱਜ ਭੱਜ ਦੌੜ ਵਾਲੀ ਔਰ ਕਮਰਸ਼ੀਅਲ ਲਾਈਫ ਵਿੱਚ ਕਲਾ ਇੱਕਦਮ ਪਿੱਛੇ ਰਹਿ ਗਈ ਹੈ, ਇਹ ਲੋਕ ਹਰ ਸਾਲ ਉਹਨੂੰ ਅੱਗੇ ਲਿਆਉਂਦੇ ਆ ਔਰ ਲੋਕਾਂ ਨੂੰ ਅਵੇਅਰ ਕਰਦੇ ਆ। ਪਲੱਸ ਇਹਦੇ ਇੰਨੇ ਇੰਟਰਸਟਿੰਗ ਟੌਪਿਕ ਹੈ ਕਿ ਸੋਸ਼ਲ ਲੀਵਲ ਜੁੜਿਆ ਹੋਇਆ, ਕਿੰਨਾ ਕੁਛ ਤੁਸੀਂ ਦੇਖ ਰਹੇ ਹੋ ਜੀ। ਬਿਲਕੁਲ ਬਿਲਕੁਲ, ਬਿਲਕੁਲ ਜੀ। ਇੱਕ ਜੋ ਸਾਡਾ ਆਪਣਾ ਵੀ ਵਿਊ ਹੈ ਕਿ ਇਸ ਦੇ ਵਿੱਚ ਗਵਰਨਮੈਂਟ ਨੂੰ ਵੀ ਇਹਨਾਂ ਦਾ ਪੂਰੀ ਤਰ੍ਹਾਂ ਸਾਥ ਦੇਣਾ ਚਾਹੀਦਾ ਤਾਂ ਕਿ ਇਹ ਜੋ ਕਲਾਕ੍ਰਿਤੀ ਹੈ ਇਸ ਨੂੰ ਹੋਰ ਨਿਖਾਰ ਮਿਲੇ, ਹੈ ਨਾ ਜੀ, ਅਤੇ ਇਸ ਨੂੰ ਆਪਣੇ ਆਪਣੇ ਪਲੇਟਫਾਰਮ 'ਤੇ ਗਵਰਨਮੈਂਟ ਨੂੰ ਇਸ ਦੇ ਵਿੱਚ ਜੋ ਪ੍ਰਮੋਸ਼ਨ ਬਹੁਤ ਜ਼ਿਆਦਾ ਹੱਦ ਤੱਕ ਹੱਥ ਦੇਣ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਇਸ ਵਿਰਾਸਤ ਨੂੰ ਜੋ ਆਉਣ ਵਾਲੇ ਸਮੇਂ ਵਿੱਚ ਸੰਭਾਲ ਕੇ ਰੱਖ ਸਕੀਏ। ਅਤੇ ਇਸ ਚੀਜ਼ ਦਾ ਜੋ ਹੈ, ਜੋ ਬੰਦਾ ਮੇਰੇ ਵਿਊ ਦੇ ਹਿਸਾਬ ਸਿਰ ਹੈ ਵੀ ਜਿਹੜਾ ਬੰਦਾ ਪੇਂਟਿੰਗ ਵਗੈਰਾ ਜਾਂ ਹੋਰ ਅੱਛੇ ਚੀਜ਼ਾਂ ਜੋ ਹੋਬੀਜ਼ ਪਾਲਦਾ ਨਾ, ਉਹ ਬੰਦਾ ਕਦੀ ਵੀ ਡਿਪਰੈਸ਼ਨ 'ਚ ਨਹੀਂ ਜਾਂਦਾ। ਦੂਸਰੀ ਚੀਜ਼ ਹੈ ਵਾ ਕਿ ਜੋ ਕੁਰੈਤਾਂ ਨੇ ਨਾ ਉਹਨਾਂ ਤੋਂ ਬਚਿਆ ਰਹਿੰਦਾ ਹੈ ਜੀ। ਮੈਮ ਤੁਸੀਂ ਕਾਫੀ ਸਮੇਂ ਹੋ ਚੁੱਕਿਆ ਜਿੱਦਾਂ ਤੁਹਾਡੀਆਂ ਗੱਲਾਂ ਤੋਂ ਲੱਗ ਰਿਹਾ ਕਿ ਤੁਸੀਂ ਹਰ ਸਾਲ ਤੁਸੀਂ ਦੱਸਦੇ ਹੋ ਜਿਵੇਂ ਆਉਂਦੇ ਹੋ, ਅਤੇ ਇਸ ਦੇ ਵਿੱਚ ਜੋ ਤੁਸੀਂ ਅੰਕੜੇ ਕੱਢ ਕੇ ਦੇਖਦੇ ਹੋ ਕਿ ਇਸ ਦੇ ਵਿੱਚ ਬਦਲਾਵ ਆ ਰਿਹਾ ਹੈ ਕਿ? ਹਾਂ ਬਿਲਕੁਲ ਬਿਲਕੁਲ, ਬਦਲਾਵ ਆ ਰਿਹਾ। ਦੇਖੋ ਪਹਿਲਾਂ ਸੋਸ਼ਲ ਐਲੀਮੈਂਟ ਨਹੀਂ, ਪਹਿਲਾਂ ਅਸੀਂ ਕਰਦੇ ਸੀ ਕਲਾਕਾਰ ਆਪਣੀ ਖੁਸ਼ੀ ਆਪਣੇ ਐਕਸਪ੍ਰੈਸ਼ਨ ਥਰੂ ਕਰਦਾ ਸੀ ਜੀ, ਜੋ ਉਹਦੇ ਅੰਦਰ ਹੈ ਉਹ ਰੰਗਾਂ ਰਾਹੀਂ ਬਾਹਰ ਕੱਢ ਦਿੰਦਾ ਸੀ, ਕੈਨਵਸ 'ਤੇ ਉਤਾਰ ਦਿੰਦਾ ਸੀ ਜੀ। ਪਰ ਹੁਣ ਉਹ ਸਮਾਜ ਦੀਆਂ ਕੁਰੀਤੀਆਂ ਨੂੰ ਵੀ ਕੈਨਵਸ 'ਤੇ ਲਿਆ ਰਿਹਾ, ਇਹਦਾ ਮਤਲਬ ਇਹੀ ਹੈ ਕਿ ਕਲਾਕਾਰ ਵੀ ਸਮਾਜ ਨੂੰ ਨਾਲ ਲੈ ਕੇ ਚੱਲ ਰਿਹਾ। ਬਿਲਕੁਲ, ਉਹ ਵੀ ਇੱਕ ਫਾਊਂਡੇਸ਼ਨ ਦੇ ਰਿਹਾ ਵੀ ਅਸੀਂ ਵੀ ਇਹ ਕੁਰੀਤੀਆਂ ਦੇ ਖਿਲਾਫ ਹਾਂ,
ਅਸੀਂ ਵੀ ਤੁਹਾਡੇ ਨਾਲ ਆਮ ਆਦਮੀ ਦੇ ਨਾਲ ਆ, ਬਸ ਦਿਖਾਉਣ ਦਾ ਢੰਗ ਲੱਗ ਗਿਆ ਢੰਗ ਲੱਗ। ਪਹਿਲਾਂ ਕੁਛ ਸਮਾਂ ਹੁੰਦਾ ਸੀਗਾ ਕਿ ਜਦੋਂ ਧਾਰਮਿਕ ਜੋ ਕਲਾਕ੍ਰਿਤੀ ਹੁੰਦੀ ਸੀ ਉਹਨਾਂ ਨੂੰ ਮਤਲਬ ਕੀ ਹੈ ਜੋ ਹੈ ਹਸਰਾਇਆ ਜਾਂਦਾ ਸੀਗਾ, ਪਰ ਸਾਡੇ ਸਮਾਜ ਦਾ ਜਨਨੀ ਮੰਦਭਾਗੀ ਗੱਲ ਹੈ ਕਿ ਸਾਨੂੰ ਮਤਲਬ ਕਿ ਇਸ ਰਾਹ ਤੱਕ ਆਉਣਾ ਪੈ ਰਿਹਾ ਕਿ ਇਹੋ ਜਿਹੀਆਂ ਸਾਨੂੰ ਪੇਂਟਿੰਗਸ ਬਣਾਉਣ ਦੀ ਜ਼ਰੂਰਤ ਕਿਉਂ ਪੈ ਰਹੀ ਹੈ, ਕਿਉਂਕਿ ਅਸਲ ਚੀਜ਼ ਹੈ, ਅਸਲ ਜੋ ਸਮਾਜਿਕ ਤੌਰ 'ਤੇ ਘਟਨਾ ਹੈ। ਸਾਡੇ ਬੱਚੇ ਇਹ ਲੜਕਾ ਜਿਹਨੇ ਹਰਕਤ ਕੀਤੀ, ਇਹ ਵੀ ਨਾ ਕਿਸੇ ਦੇ ਮਾਂ ਦਾ ਪੁੱਤ ਹੈ, ਕਿਸੇ ਫੈਮਿਲੀ ਤੋਂ ਬਿਲੋਂਗ ਕੀਤਾ, ਕੋਈ ਇਸ ਮਨ ਦਾ ਡਿੱਗ ਕੇ ਆਇਆ ਨਹੀਂ ਜੀ, ਪਰ ਸਾਡਾ ਵੀ ਇਹਦੇ ਫਰਜ਼ ਬਣਦਾ ਆਮ ਆਦਮੀ ਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਇੱਕ ਅੱਛੇ ਸੰਸਕਾਰ ਦੇਈਏ ਤਾਂ ਕਿ ਉਹ ਕਿਸੇ ਵੀ ਲੜਕੀ ਮਾਂ ਭੈਣ ਨਾਲ ਇਹ ਹਰਕਤ ਨਾ ਕਰਨ ਅੱਗੋਂ ਤੋਂ। ਇਹ ਸਾਡਾ ਵੀ ਮਾਂ, ਅਗਰ ਅਸੀਂ ਕਿਸੇ 'ਤੇ ਕਿੱਲਾ ਲਾਉਂਦੇ ਹਾਂ ਦੋਸ਼ ਲਾਉਣ ਦਾ, ਪਰ ਸਾਡਾ ਫਰਜ਼ ਹੈ ਵੀ ਅਸੀਂ ਉਹਨੂੰ ਸੁਧਾਰੀਏ ਵੀ, ਪਰ ਸਾਨੂੰ ਹੀ ਮਿਲ ਕੇ ਇਹ ਕਰਨਾ ਪੈਣਾ। ਜੇ ਬਿਲਕੁਲ ਸਜ਼ਾ ਦਿੰਦੇ ਹਾਂ ਤਾਂ ਸਜ਼ਾ ਇਸੇ ਵਾਸਤੇ ਹੁੰਦੀ ਕਿ ਉਹ ਆਦਮੀ ਸੁਧਰੇ, ਠੀਕ ਹੈ ਨਾ? ਬਿਲਕੁਲ। ਇਸੇ ਕਰਕੇ ਇੱਕ ਕਲਾਕਾਰ ਇਹ ਪੇਂਟਿੰਗ ਦਾ ਦਰਸਾਉਂਦਾ ਹੀ, ਪਰ ਨਾਲ ਇੱਕ ਇਹ ਵੀ ਮੈਸੇਜ ਦਿੰਦਾ ਕਿ ਅਸੀਂ ਉਹਨੂੰ ਸੁਧਾਰਨਾ ਵੀ ਚਾਹੀਦਾ। ਜੀ ਬਿਲਕੁਲ। ਕੁਝ ਜੋ ਹਨ ਘੱਟ ਸੋਚ, ਲੰਬੀ ਸੋਚ ਨਹੀਂ ਰੱਖਦੇ, ਉਹ ਸਿਰਫ ਤੇ ਸਿਰਫ ਇਹੀ ਗੱਲ ਕਹਿ ਕੇ ਆਪਣਾ ਛੁਟਕਾਰਾ ਪਾ ਲੈਂਦੇ ਨੇ ਕਿ ਲੜਕੀਆਂ ਨੂੰ ਕੱਪੜੇ ਉੱਦਾਂ ਦੇ ਪਾਉਣੇ ਚਾਹੀਦੇ ਹਨ, ਪਰ ਇੱਕ ਵੇਸ਼ ਭਾਸ਼ਾ। ਜੀ ਬਿਲਕੁਲ। ਤੁਸੀਂ ਕੱਪੜੇ ਕਈ ਵਾਰੀ ਤਾਂ ਮੈਂ ਇੱਦਾਂ ਦਾ ਵੀ ਦੇਖਿਆ ਕਿ ਮਾਫ ਕਰਨਾ ਕਿ ਕਿਸੇ ਧਾਰਮਿਕ 'ਤੇ ਨਹੀਂ ਮਤਲਬ ਕਿ ਜਾਂਦੇ ਅਸੀਂ, ਕਈ ਕੱਟੜ ਕੱਟੜ ਵੀ ਐਸੇ ਬੰਦੇ ਦੇਖੇ ਨੇ ਕਿ ਉਹਨਾਂ ਦੇ ਨਾਲ ਵੀ ਰੇਪ ਹੋ ਜਾਂਦੇ, ਜਿਹੜੇ ਮਤਲਬ ਕਿ ਆਪਾਂ ਯਕੀਨ ਵੀ ਨਹੀਂ ਕਰ ਸਕਦੇ, ਨਹੀਂ ਦੇ ਸਕਦੇ। ਬਿਲਕੁਲ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਇੱਕ ਛੋਟੀ ਬੱਚੀ 2 ਸਾਲ ਦੀ, ਬਿਲਕੁਲ, ਇੱਕ ਵੱਡੀ ਬਜ਼ੁਰਗ 60 ਸਾਲ ਦੀ, 2 ਸਾਲ ਦੀ ਬੱਚੀ ਕੁੜਤਾ ਪਾ ਕੇ ਤਾਂ ਚੱਲੇਗੀ ਨਹੀਂ, ਬਿਲਕੁਲ, ਉੱਥੇ ਕੱਪੜਾ ਦਾ ਕੋਈ ਦੋਸ਼ ਨਹੀਂ ਹੁੰਦਾ, ਉੱਥੇ ਮਾਨਸਿਕਤਾ ਸੋਚ ਹੈ। ਬਿਲਕੁਲ ਬਿਲਕੁਲ। ਸੋਚ ਕੱਟੀਆਂ ਮਾਨਸਿਕਤਾ ਜੀ, ਜਾਂ ਕੋਈ ਐਸਾ ਇਨਸਾਨ ਜਾਂ ਜਿਹਦੀਆਂ ਆਪਣੀਆਂ ਇੱਛਾਵਾਂ ਦੱਬੀਆਂ ਗਈਆਂ ਜਾਂ ਨਹੀਂ ਹੋ ਸਕੀਆਂ, ਉਹ ਆਪਣਾ ਗੁੱਸਾ ਇਸ ਤਰੀਕੇ ਨਾਲ ਵੀ ਬਾਹਰ ਕੱਢਦੇ ਆ। ਬਿਲਕੁਲ ਬਿਲਕੁਲ। ਸ਼ੈਤਾਨ ਦਾ ਕੋਈ ਰੂਪ ਨਹੀਂ ਹੁੰਦਾ, ਦੂਸਰੀ ਚੀਜ਼ ਹੈ ਸ਼ੈਤਾਨ ਦੀ ਕੋਈ ਜੋ ਹੈ ਸੀਮਾ ਨਹੀਂ ਹੁੰਦੀ, ਕਿਸ ਪੱਧਰ ਤੱਕ ਉਹ ਨੀਚੇ ਗਿਰ ਸਕਦਾ ਤੁਸੀਂ ਇਸ ਦਾ ਕਦੀ ਵੀ ਅੰਦਾਜ਼ਾ ਨਹੀਂ ਲਗਾ ਸਕਦੇ। ਜੀ ਇਸੇ ਦੇ ਨਾਲ ਹੀ ਤੁਹਾਡਾ ਧੰਨਵਾਦ ਕਰਦਾ ਮੈਮ, ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚ ਸਾਨੂੰ ਸਮਾਂ ਦਿੱਤਾ ਅਤੇ ਤੁਸੀਂ ਇਸ ਚੀਜ਼ ਨੂੰ ਹੋਰਾਂ ਤੱਕ ਵੀ ਸਪਰੈਡ ਕਰੋ ਤਾਂ ਜੋ ਤੁਹਾਡੇ ਵਰਗੇ ਸਰੋਤੇ ਹੋਰ ਆਉਣ, ਤਾਂ ਕਿ ਇਸ ਚੀਜ਼ ਨੂੰ ਅਸੀਂ ਅੱਗੇ ਲੈ ਕੇ ਆ ਸਕੀਏ। ਇਸ ਦੇ ਨਾਲ ਹੀ ਤੁਹਾਡਾ ਧੰਨਵਾਦ ਕਰਦਾ ਜੀ। ਸਿਮਰਨਦੀਪ ਸਿੰਘ ਵਾਨਸ ਕੌਰ।